ਕੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈ 2022 ਚ ਆਪਾਂ ਇਲੈਕਸ਼ਨ ਲੜਨ ਵਾਲੇ ਹਨ ਨਰਿੰਦਰਪਾਈ ਮੋਦੀ ਜੀ ਦੀ ਪੰਜਾਬ ਚ ਪਹਿਲੀ ਫੇਰੀ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਪੂਰਾ ਕਾਰਜਕਰਤਾ ਬਹੁਤ ਉਤਸ਼ਾਹਿਤ ਹੈ ਨਰਿੰਦਰਪਾਈ ਮੋਦੀ ਜੀ ਨੂੰ ਸੁਣਨ ਵਾਸਤੇ ਜਿਹੜਾ ਅਸੀਂ ਆਹਵਾਣ ਕੀਤਾ ਸੀ ਹੁਣ ਲੋਕ ਸਿੱਧਾ ਸਾਨੂੰ ਅਪਰੋਚ ਕਰ ਰਹੇ ਨੇ ਵੀ ਤੁਸੀਂ ਕਿਸ ਤਰ੍ਹਾਂ ਜਾਣਾ ਵਾ ਸਭ ਜਾਣਾ ਚਾਹੁੰਦੇ ਆ ਇਸ ਦਾ ਮਤਲਬ ਹੈ ਵੀ ਕਿਸ ਤਿੱਕੇ ਦੀ ਲੋਕਪ੍ਰੀਤ ਆ ਨਰਿੰਦਰਪਾਈ ਮੋਦੀ ਜੀ ਲੋਕਾਂ ਦੇ ਵਿੱਚ ਐ ਇਹ ਤੋਂ ਸਪਸ਼ਟ ਹੁੰਦੀ ਹੈ ਔਰ ਬੜੀ ਵੱਡੀ ਤਦਾਦ ਚ ਜਗ੍ਹਾ-ਜਗ੍ਹਾ ਤੋਂ ਜੋ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਾਂ ਰਾਮ ਸਮਾਜ ਦੇ ਪੰਜਾਬੀ ਲੋਕ ਜਿਲ੍ਹੇ ਨੇ ਉਹ ਉੱਥੇ ਪਹੁੰਚਣ ਵਾਲੇ ਨੇ ਦੇਖੋ ਪੰਜਾਬ ਦੇ ਲੋਕ ਸਾਰੀਆਂ ਸਰਕਾਰਾਂ ਨੂੰ ਦੇਖ ਚੁੱਕੇ ਨੇ ਉਹ ਇਸ ਕਾਂਗਰਸ ਦੀ ਨਾਕਾਮੀਆਂ ਨੂੰ ਵੀ ਦੇਖ ਚੁੱਕੇ ਨੇ ਪੁਰਾਣੀਆਂ ਜਿੰਨੀਆਂ ਸਰਕਾਰਾਂ ਰਹੀਆਂ ਉਹਨਾਂ ਨੂੰ ਵੀ ਦੇਖ ਚੁੱਕੇ ਨੇ ਔਰ ਦੂਸਰੇ ਪਾਸੇ ਪੰਜਾਬ ਦੇ ਲੋਕਾਂ ਨੇ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਪੂਰੇ ਦੇਸ਼ ਚ ਸਰਕਾਰ ਰਹੀ ਹੈ ਉਹਨਾਂ ਦਾ ਵਿਕਾਸ ਉਹਨਾਂ ਦੀ ਉੱਥੇ ਲੋਕਾਂ ਦੀ ਭਾਈਚਾਰਕ ਸਾਂਝ ਔਰ ਕਿਸ ਤਰੀਕੇ ਨਾਲ ਉਹ ਅੱਗੇ ਡਿਵੈਲਪ ਹੋਏ ਨੇ ਉਹ ਸਭ ਦੇਖ ਚੁੱਕੇ ਨੇ ਲੋਕ ਉਰ ਅਸੀਂ ਪੰਜਾਬ ਦੇ ਵਿੱਚ ਨਵਾਂ ਪੰਜਾਬ ਭਾਜਪਾ ਦੇ ਨਾਲ ਇਸ ਸਲੋਗਨ ਦੇ ਨਾਲ ਭਾਜਪਾ ਦੇ ਲੋਕ ਜਿਹੜੇ ਨੇ ਉਹ ਲੋਗਾ ਜਾ ਰਹੇ ਨੇ ਨਵਾਂ ਪੰਜਾਬ ਤੋਂ ਭਾਅ ਨਸ਼ਾ ਮੁਕਤ ਪੰਜਾਬ ਨਾ ਨਵਾਂ ਪੰਜਾਬ ਤੋਂ ਭਾਅ ਭ੍ਰਸ਼ਟਾਚਾਰ ਮੁਕਤ ਪੰਜਾਬ ਨਵਾਂ ਪੰਜਾਬ ਤੋਂ ਭਾਅ ਘਰ ਘਰ ਨੌਕਰੀ ਦੇਣ ਦਾ ਜਿਹੜਾ ਵਾ ਪੰਜਾਬ ਨਵਾਂ ਪੰਜਾਬ ਤੋਂ ਭਾਵ ਵੀ ਅਸੀਂ ਚਾਹੁੰਦੇ ਹਾਂ ਵੀ ਘਰ ਘਰ ਜੜੀਆਂ ਵਾ ਉਹ ਸਵਸਥ ਸੁਵਿਧਾਾਂ ਮਿਲ ਪਾਵੇ ਨਵਾਂ ਪੰਜਾਬ ਤੋਂ ਭਾਵ ਕਿਸਾਨੀ ਖੁਸ਼ਹਾਲ ਹੋ ਪਾਵੇ ਨਵਾਂ ਪੰਜਾਬ ਤੋਂ ਭਾਵ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਮਿਲ ਪਾਵੇ ਨਵਾਂ ਪੰਜਾਬ ਤੋਂ ਭਾਵ ਸਭ ਲੋਕ ਖੁਸ਼ਹਾਲ ਹੈ ਪਰ ਨਵਾਂ ਪੰਜਾਬ ਤੋਂ ਭਾਵ ਇੱਕ ਭਾਈਚਾਰਕ ਸਾਂ ਉਹ ਲੋਕਾਂ ਦੇ ਵਿੱਚ ਇੱਕ ਆਪਸ ਵਿੱਚ ਪੰਜਾਬ ਨੂੰ ਵਿਕਾਸ ਕਰਨ ਦੀ ਜਿਹੜੀ ਇੱਛਾ ਬਣ ਪਾਵੇ ਐਸੀ ਭਾਵਨਾ ਨੂੰ ਲੈ ਕੇ ਅਸੀਂ ਲੋਕਾਂ 'ਚ ਜਾ ਰਹੇ ਹਾਂ ਔਰ ਜਿਹੜੇ ਅਸੀਂ ਨਾਰਾ ਦਿੱਤਾ ਮੈਂ ਨਵਾਂ ਪੰਜਾਬ ਭਾਜਪਾ ਦੇ ਨਾਲ ਲੋਕ ਨਵੀਂ ਪਾਰਟੀ ਚਾਹੁੰਦੇ ਆ ਉਹ ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਏਗੀ ਔਰ ਇਸ ਪੰਜਾਬ ਨੂੰ ਵਿਕਾਸ ਦੀ ਰਾਜ ਲੈ ਕੇ ਜਾਏਗੀ ਇੱਥੇ ਕੋਈ ਦੋਹਰਾ ਨਹੀਂ ਹੈ ਭਈ ਭਾਰਤੀ ਜਨਤਾ ਪਾਰਟੀ ਦੀ ਲੋਕਪ੍ਰਿਅਤਾ ਜਿੱਥੇ ਪੂਰੇ ਦੇਸ਼ 'ਚ ਹੈ ਤੇ ਪੰਜਾਬ ਦੇ ਵਿੱਚ ਵੀ ਲਗਾਤਾਰ ਹੁਨਬਦ ਰਹੀ ਹੈ ਔਰ ਜਿਹੜੇ ਲੀਡਰ ਤੁਸੀਂ ਗੱਲ ਕਰ ਰਹੇ ਹੋ ਲੀਡਰਾਂ ਨੇ ਵੀ ਆਪਣੀਆਂ ਆਪਣੀਆਂ ਪੁਰਾਣੀਆਂ ਜਿਹੜੀਆਂ ਪਾਰਟੀਆਂ ਦੇਖ ਲਈਆਂ ਮੈਂ ਕਿਸ ਤਰੀਕੇ ਨਾਲ ਉਸਨਾਂ ਨੂੰ ਫ੍ਰਸਟ੍ਰੇਸ਼ਨ ਹੋ ਰਹੀ ਹੈ ਕੋਈ ਡਿਵੈਲਪਮੈਂਟ ਦੇ ਕੰਮ ਨਹੀਂ ਹੋਇਆ ਔਰ ਉਹ ਐਸਾ ਲੱਗਦਾ ਪਿਆ ਵੀ ਉਹ ਪਾਰਟੀ ਨੂੰ ਜਿੱਤ ਹੀ ਨਹੀਂ ਪਾਣਗੇ ਔਰ ਮੈਂ ਕਹਿੰਦਾ ਵਾਂ ਮੈਂ ਜਿਹੜੇ ਉਹ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨੂੰ ਵਿਚਾਰਧਾਰਾ ਨੂੰ ਸਮਝ ਕੇ ਪਾਰਟੀ ਜੋਇਨ ਕਰਦੇ ਨੇ ਨਰਿੰਦਰਪ੍ਰਾਧੇ ਮੋਦੀ ਜੀ ਦਾ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨੂੰ ਲੈ ਕੇ ਪਾਰਟੀ ਜੋਇਨ ਕਰਨਾ ਚਾਹੁੰਦੇ ਨੇ ਤੋਂ ਸਾਨੂੰ ਉਹਦਾ ਸਵਾਗਤ ਹੈ ਸਭ ਤੋਂ ਨ ਸਵਾਗਤ ਕਰਨੇ ਆ ਤੁਹਾਡੀ ਨੀਤੀਆਂ ਦੇ ਨਾਲ ਸਾਡੇ ਵਿਚਾਰਧਾਰਾ ਦੇ ਨਾਲ ਜੁੜ ਕੇ ਦੇਸ਼ ਦੀ ਸੇਵਾ ਕਰਨ ਔਰ ਆਪਣੀ ਲੀਡਰਸ਼ਿਪ ਦੇ ਨਾਲ ਸਾਡੇ ਵਿੱਚ ਆਣਾ ਸੀ ਸਭ ਦਾ ਸਵਾਗਤ ਕਰਾਂਗੇ